Bismillahirrahmanirrahim. Bahut badi khushkismati ki aaj is mehfil paak de andar aastana riyaz karam sheef de manzoor nazar aur aastana liya jinda sheef de jinda wala sheef de ਇਹਨਾਂ ਦੀ ਵੀ ਯਾਦ ਤੋਂ ਉਸਰ ਹੋਇਆ ਔਰ ਦੁਆ ਤੇ ਕਿਬਲਾ ਹਜ਼ਰਤ ਸਾਹਿਬ ਵੀ ਫਰਮਾਉਂਦੇ ਨੇ ਮੈਨੂੰ ਹੁਕਮ ਹੁੰਦਾ ਹੈ ਉਸ ਹੁਕਮ ਨੂੰ ਪੂਰਾ ਕਰਨ ਵਾਸਤੇ ਮੈਂ ਅਰਜ਼ ਕਰ ਦਿੰਦਾ ਇਸ ਤੋਂ ਇਲਾਵਾ ਤਕਰੀਬਨ 50 ਸਾਲ ਤੋਂ ਜ਼ਿਆਦਾ ਅਰਸਾ ਹੋ ਗਿਆ ਮੈਨੂੰ ਆਸਥਾ ਨਾਲ ਜਾਜ ਕੈਸ਼ੀ ਦੀ ਗੁਲਾਮੀ ਨਸੀਬ ਹੋਇਆ ਅਲਹਮਦੁਲਿਲਾ ਮਿੰਬਰ ਰਸੂਲ 'ਤੇ ਬੈਠੇ ਹਾਂ ਇਸ ਜਗ੍ਹਾ 'ਤੇ ਬੈਠ ਕੇ ਕੋਈ ਵੀ ਜ਼ੁਬਾਨ ਦੇ ਅੰਦਰ ਗਲਤ ਗੱਲ ਨਹੀਂ ਆ ਸਕਦੀ ਔਰ ਜੋ ਕੁਛ ਜਦੋਂ ਕਿਬਲਾ ਅੱਬਾ ਜੀ ਹਜ਼ੂਰ ਰਹਿਮਤੁੱਲਾਹ ਤਾਲਾ ਅਲੈਹ ਨੇ ਜੋ ਕੁਛ ਅੱਜ ਤੋਂ 50 ਸਾਲ ਪਹਿਲੇ ਅਹਿਸਾਸ ਫਰਮਾਏ ਸਨ ਅਲਹਮਦੁਲਿਲਾ ਅੱਜ ਤੱਕ ਰੁਕਾ ਹੈ ਉਸ ਤੋਂ ਬਾਅਦ ਕਿਬਲਾ ਚੰਦ ਜੀ ਰਹਿਮਤੁੱਲਾਹ ਤਾਲਾ ਨੇ ਵੀ ਮਿਹਰਬਾਨੀ ਫਰਮਾਈ ਔਰ ਹੋਰ ਵੀ ਕਿਬਲਾ ਸਾਹਿਬਜ਼ਾਦਾ ਸਾਹਿਬ ਨੇ ਇਹਨਾਂ ਦੀਆਂ ਮਿਹਰਬਾਨੀਆਂ ਦੇ ਨਾਲ ਉਹ ਸਾਰਾ ਸਿਲਸਿਲਾ ਮੇਰਾ ਅਜੇ ਤੱਕ ਕਾਇਮ ਹੈ ਉਹਦੀ ਕਿ ਮੈਂ ਮਿਸਾਲ ਦੇਣਾ ਨਾ ਕਿ ਅਗਰ ਖਾਲ ਦੇ ਅੰਦਰ ਪਾਣੀ ਆਉਂਦਾ ਹੋਵੇ ਪਿਆ ਅਤੇ ਪਤਾ ਲੱਗਦਾ ਵੀ ਪਿੱਛੇ ਸੂਏ 'ਚ ਪਾਣੀ ਹੈ ਸੂਏ 'ਚ ਪਾਣੀ ਆਉਂਦਾ ਹੋਇਆ ਪਿਆ ਅਤੇ ਪਤਾ ਲੱਗਦਾ ਪਿੱਛੇ ਨਹਿਰ 'ਚ ਪਾਣੀ ਹੈ ਜੇ ਨਹਿਰ 'ਚ ਪਾਣੀ ਆਉਂਦੀ ਹੋਵੇ ਆਉਂਦਾ ਹੋਵੇ ਅਤੇ ਪਿੱਛੇ ਲੱਗਦਾ ਦਰਿਆ 'ਚ ਪਾਣੀ ਹੈ ਇਹ ਸਾਰਾ ਸਿਲਸਿਲਾ ਤਾਂ ਹੀ ਕਾਇਮ ਰਹਿੰਦਾ ਜੇ ਸਾਰੇ ਆਪਣੀ ਜਗ੍ਹਾ ਤੋਂ ਪਾਣੀ ਮੌਜੂਦ ਹੁੰਦਾ ਤੋ ਜੇ ਸਿਲਸਿਲਾ ਇੱਕ ਜਗ੍ਹਾ ਤੋਂ ਠੀਕ ਹੋਵੇ ਉਸ ਤੋਂ ਬਾਅਦ ਕਿਸੇ ਕਿਸਮ ਦਾ ਕੋਈ ਫਰਕ ਪੈ ਜਾਏ ਤਾਂ ਫਿਰ ਬੰਦਾ ਸਮਝਦਾ ਕਿ ਮੇਰਾ ਕੰਮ ਖਰਾਬ ਹੋ ਗਿਆ ਅਲਹਮਦੁਲਿਲਾ ਅਲਹਮਦੁਲਿਲਾ 50 ਸਾਲ ਦਾ ਸਿਲਸਿਲਾ ਸਾਡਾ ਕਾਇਮ ਹੈ ਔਰ ਜੋ ਕੁਛ ਸਿਲਸਿਲਾ ਕਿਬਲਾ ਅੱਬਾ ਜੀ ਰਹਿਮਤੁੱਲਾਹ ਨੇ ਅਰਸ਼ਾਦ ਫਰਮਾਇਆ ਔਰ ਅਤਾ ਫਰਮਾਇਆ ਅੱਜ ਵੀ ਉਹ ਅਲਹਮਦੁਲਿਲਾ ਅੱਲਾਹ ਦੇ ਫਜ਼ਲ ਕਰਮ ਨਾਲ ਕਾਇਮ ਹੈ ਇਹ ਨਵੇਂ ਨਵੇਂ ਬੇਲੀ ਔਰ ਕਈ ਕਿਸਮ ਦੀਆਂ ਗੱਲਾਂ ਬਾਤਾਂ ਕੁਝ ਕਹਿੰਦੇ ਜੀ ਉਹ ਜੀ ਪੁਰਾਣੀਆਂ ਗੱਲਾਂ ਉਹ ਜੀ ਵੱਡੇ ਸਾਥੀ ਸਨ ਉਹ ਸਨ ਹੁਣ ਉਹ ਹੀ ਨੇ ਮਤਲਬ ਜਿਹੜੇ ਬੈਠੇ ਨੇ ਹੁਣ ਵੀ ਉਹਨਾਂ ਦੇ ਬਿਠਾਏ ਬੈਠੇ ਨੇ ਖੁਦ ਤੇ ਨਹੀਂ ਬੈਠੇ ਨੇ ਇਸ ਗੱਲੇ ਉਹਨਾਂ ਜਿਹਨਾਂ ਨੂੰ ਬਿਠਾਇਆ ਉਹਨਾਂ ਵੀ ਦੇਖ ਕੇ ਬਿਠਾਇਆ ਔਰ ਸਾਡੇ ਵਾਸਤੇ ਜਿਹੜੇ ਮੌਜੂਦ ਬਿਹਤਰ ਉਹਨਾਂ ਨੂੰ ਬਿਠਾਇਆ ਅਲਹਮਦੁਲਿਲਾ ਅੱਜ ਵੀ ਉਹ ਜੋ ਕੁਛ ਆਪਣੇ ਬੂਟੇ ਲਾਏ ਨੇ ਆਪਦੇ ਬਿਠਾਏ ਉਹਨਾਂ ਦੀ ਰਖਵਾਲੀ ਸਹੀ ਕਰਦੇ ਪਏ ਇਸ ਵਾਸਤੇ ਬੇਟੀ ਉਹ ਆਪਣੇ ਅਕੀਦੇ ਇਹ ਅਕੀਦਾ ਨਾ ਅਕੀਦਤੇ ਅਕੀਦਾ ਇਹ ਹੀ ਹੈ ਕਿ ਪੀਰ ਖਾਨ ਦੇ ਮੁਤਲਕ ਆਪਣਾ ਮਾਮਲਾ ਸਹੀ ਰੱਖੋ ਅਤੇ ਫਿਰ ਹੀ ਮਾਮਲਾ ਹੈ ਵਗਰਨਾ ਆਪਣਾ ਖਰਾਬ ਹੋ ਜਾਏਗਾ ਅਤੇ ਫਿਰ ਖਰਾਬ ਹੀ ਖਰਾਬੀ ਹੈ ਅੱਲਾਹ ਤਾਲਾ ਹਰ ਮਾਮਲੇ 'ਚ ਬੇਤੀ ਫਰਮਾਏ ਅਲਹਮਦੁਲਿਲਾ ਅਲਹਮਦੁਲਿਲਾ ਰੱਬਿਲ ਆਲਮੀਨ ਵਲਾਕਬਤ ਲਿਲਮੁਤਤਕੀਨ ਵਸਲਾਤੁ ਵਸਲਾਮੁ ਅਲਾ ਰਸੂਲਿਹ ਮੁਹੰਮਦਿ ਵਅਲਾ ਆਲਿਹਿ ਵਸਹਬਿਹਿ ਅਜਮਾਈਨ ਵਾਲਾ ਕਰੀਮ ਇਸ ਜਗ੍ਹਾ 'ਤੇ ਮਹਿਫਲ ਪਾਕ ਦੇ ਅੰਦਰ ਜੋ ਕੁਛ ਵੀ ਬਿਆਨ ਕੀਤਾ ਗਿਆ ਹੈ ਤਿਲਾਵਤੇ ਕੁਰਾਨ ਦੀ ਨਾਤ ਖਾਨੀ ਔਰ ਆਪਦਾ ਬਿਆਨ ਮੁਬਾਰਕ ਸਭ ਨੂੰ ਤੋਂ ਆਪਣੀ ਬਾਰਗਾਹ ਕਬੂਲ ਮਨਜ਼ੂਰ ਫਰਮਾ ਵਾਲਾ ਕਰੀਮ ਜਿਹਨਾਂ ਲੋਕਾਂ ਨੇ ਇਸ ਮਹਿਫਲ ਦੇ ਇਨਕਾਦ ਦੇ ਵਾਸਤੇ ਦਾਮੇ ਦਿਵੇ ਕਦਮੇ ਸੁੱਖ ਨੇ ਜਿਸ ਤਰੀਕੇ ਨਾਲ ਵੀ ਆਪਣਾ ਹਿੱਸਾ ਪੇਸ਼ ਕੀਤਾ ਹੈ ਸਭ ਦਾ ਹਿੱਸਾ ਆਪਣੀ ਬਾਰਗਾਹ ਕਬੂਲ ਮਨਜ਼ੂਰ ਫਰਮਾ ਔਰ ਸਭ ਨੂੰ ਜਜ਼ਾਏ ਖੈਰ ਤਾ ਫਰਮਾ ਖਸੂਸ ਫਿਰ ਖਸੂਸ ਕਾਰੀ ਮੀਆਂ ਮੁਹੰਮਦ ਆਜ਼ਮ ਸਾਹਿਬ ਦਾਮਦ ਬਰਕਾਤ ਬਰਾਲੀਆ ਜੋ ਕਿ ਅਰਸਾ ਦਰਾਜ਼ ਤੋਂ ਇਸ ਮਸਜਿਦ ਦੇ ਅੰਦਰ ਦੀਨ ਦਾ ਕੰਮ ਕਰ ਰਹੇ ਨੇ ਔਰ ਫਿਰ ਇਸ ਤੋਂ ਇਲਾਵਾ ਕਾਫੀ ਅਰਸਾ ਉਹਨਾਂ ਨੇ ਪਹਿਲੇ ਲਾਹੌਰ ਦੇ ਅੰਦਰ ਹਿਫਜ਼ ਕੁਰਾਨ ਦੀ ਕਲਾਸ ਚਲਾਈ ਹੈ ਫਿਰ ਇਹ ਮੌਜੂਦ ਇਸ ਜਗ੍ਹਾ 'ਤੇ ਆ ਕੇ
ਬਣਾ ਲਈ ਆਈ ਸਕੂਲ ਦੇ ਅੰਦਰ ਡਿਊਟੀ ਦਿੱਤੀ ਹੈ ਔਰ ਫਿਰ ਉਹ ਤਬੀਅਤ ਨਸਾਦ ਹੋਣ ਦੇ ਬਾਵਜੂਦ ਫਿਰ ਦੋ ਬੱਚਿਆਂ ਨੂੰ ਇਫਤ ਕਰਾਤਾ ਹੈ ਅੱਲਾਹ ਤਾਲਾ ਜ਼ਿਆਦਾ ਤੋਂ ਜ਼ਿਆਦਾ ਉਹਨਾਂ ਦੀ ਸਮੇਤ ਕੋਸ਼ਿਸ਼ ਨੂੰ ਆਪਣੀ ਵਾਰ ਕਬੂਲ ਫਰਮਾਏ ਔਰ ਜ਼ਿਆਦਾ ਤੋਂ ਜ਼ਿਆਦਾ ਅਜਰ ਅਜ਼ੀਮਤ ਆ ਫਰਮਾਏ ਔਰ ਸਿਹਤ ਦੇ ਕੁੰਡੀਅਤ ਆ ਫਰਮਾਏ ਮੁਹਰਮ ਜਿਹਨਾਂ ਲੋਕ ਬੱਚਿਆਂ ਨੇ ਇਫਤ ਕੀਤਾ ਹੈ ਉਹਨਾਂ ਦੇ ਸੀਨੀਅਰ ਦੀ ਬੇਨਤੀ ਦੇ ਵਾਸਤੇ ਕੁਛ ਸਾਦਾ ਫਰਮਾ ਔਰ ਇਸ 'ਤੇ ਸਹੀ ਤਰੀਕੇ ਨਾਲ ਅਮਰ ਦੀ ਤੋਫੀਕ ਫਰਮਾ ਮੁਹਰਮ ਕਿ ਪੂਰੇ ਪਿੰਡ ਦੇ ਆਪਣਾ ਖੁਸ਼ੀ ਫਜ਼ਲ ਕਰਵਾ ਸਭ ਲੋਕਾਂ ਦੇ ਮਾਮਲਾਤ ਬਿਹਤਰ ਫਰਮਾ ਵਸੱਲੱਲਾਹੁ ਤਾਲਾ ਅਲਾ ਖੈਰਿਲ ਕੀ ਮੁਹੰਮਦ ਵਾਲਾ ਆਲੀ ਵਸਾਬ ਇਜਮਾਈ ਬਰਹਮ ਯਾ ਰਬ ਰਹਿਮ।